हाँ जी दोस्तों, की हाल चाल है। सो एक बार फिर तो साढ़े यूट्यूब चैनल इंदर इंटरनेट कैफे से तुहाडा स्वागत है। सो बाबा फरीद यूनिवर्सिटी ऑफ हेल्थ साइंस फरीदकोट वालों वार्ड अटेंडर दिया 800 पोस्टा संबंधी लाए गए लिखती पेपर की मार्क्स लिस्ट अपडेट कर दी गई है। सो जिहड़े कैंडीडेट अपना रिजल्ट वेखना चाहते हैं, वह कैंडीडेट बाबा फरीद यूनिवर्सिटी ऑफ हेल्थ साइंस फरीदकोट की ऑफिशियल वैबसाइट bfhu.ac.in ते जाके अपना रिजल्ट चैक कर सकते हैं। इत्थे कैंडीडेट नू प्रोविजनल रिजल्ट ऑफ वार्ड अटेंड रिक्वायरमेंट टेस्ट हेल्ड ऑन 14 नवंबर 2021 वाले लिंक ते क्लिक करनगे। क्लिक करन तो बाद कैंडीडेट प्रोविजनल रिजल्ट ऑफ वार्ड अटेंड रिक्वायरमेंट टेस्ट ते कैंडीडेट क्लिक करनगे, जिथे कैंडीडेट ਨੂੰ ਰਿਜ਼ਲਟ ਦੇ ਰਿਗਾਰਡਿੰਗ PDF ਫਾਈਲ ਡਾਊਨਲੋਡ ਹੋ ਜਾਵੇਗੀ। ਸੋ ਕੈਂਡੀਡੇਟ ਇੱਥੇ ਆਪਣਾ ਰਿਜ਼ਲਟ ਚੈੱਕ ਕਰ ਸਕਣਗੇ। ਪੰਜਾਬ ਪੁਲਿਸ ਭਰਤੀ ਬੋਰਡ ਵੱਲੋਂ ਕਾਂਸਟੇਬਲ ਦੀ ਭਰਤੀ ਸੰਬੰਧੀ ਲਏ ਜਾਣ ਵਾਲੇ ਫਿਜ਼ੀਕਲ ਟੈਸਟ ਅਧੀਨ ਐਡਮਿਟ ਕਾਰਡ ਪੰਜਾਬ ਪੁਲਿਸ ਦੀ ਅਫੀਸ਼ੀਅਲ ਵੈਬਸਾਈਟ 'ਤੇ ਅਪਡੇਟ ਕਰ ਦਿੱਤੇ ਗਏ ਹਨ। ਸੋ ਜਿਹੜੇ ਕੈਂਡੀਡੇਟ ਲਿਖਤੀ ਪੇਪਰ ਵਿੱਚੋਂ ਪਾਸ ਹੋਏ ਹਨ, ਉਹ ਕੈਂਡੀਡੇਟ ਆਪਣਾ ਫਿਜ਼ੀਕਲ ਟੈਸਟ ਅਧੀਨ ਐਡਮਿਟ ਕਾਰਡ ਡਾਊਨਲੋਡ ਕਿਸ ਤਰ੍ਹਾਂ ਕਰਨਗੇ, ਇਸ ਦੀ ਜਾਣਕਾਰੀ ਅੱਜ ਦੀ ਇਸ ਵੀਡੀਓ ਵਿੱਚ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ। ਸੋ ਐਡਮਿਟ ਕਾਰਡ ਡਾਊਨਲੋਡ ਕਰਨ ਲਈ ਕੈਂਡੀਡੇਟ ਸਭ ਤੋਂ ਪਹਿਲਾਂ ਪੰਜਾਬ ਪੁਲਿਸ ਦੀ ਅਫੀਸ਼ੀਅਲ ਵੈਬਸਾਈਟ 'ਤੇ ਜਾਣਗੇ, ਰਿਕੁਆਇਰਮੈਂਟ 'ਤੇ ਕਲੈਕ ਕਰੋ। ਉਸ ਤੋਂ ਬਾਅਦ ਰਿਕੁਆਇਰਮੈਂਟ ਟੂ ਦਾ ਪੋਸਟ ਆਫ ਕਾਂਸਟੇਬਲ ਵਾਲੇ ਲਿੰਕ 'ਤੇ ਕਲਿੱਕ ਕਰਨਾ ਹੋਵੇਗਾ। ਉਸ ਤੋਂ ਬਾਅਦ ਨਿਊ ਵਿੰਡੋ ਓਪਨ ਹੋ ਜਾਵੇਗੀ। ਇੱਥੇ ਬਰਾਊਨ ਕਲਰ ਦੇ ਲਿੰਕ 'ਤੇ ਕੈਂਡੀਡੇਟ ਕਲਿੱਕ ਕਰੇਗਾ, ਜਿੱਥੇ ਇੱਕ ਨਵਾਂ ਪੇਜ ਓਪਨ ਹੋ ਜਾਵੇਗਾ। ਸੋ ਇੱਥੇ ਕੈਂਡੀਡੇਟ ਨੂੰ ਲੌਗਇਨ ਦੀ ਆਪਸ਼ਨ ਮਿਲੇਗੀ। ਲੌਗਇਨ ਦੀ ਆਪਸ਼ਨ ਤੋਂ ਕਲਿੱਕ ਕਰਨ ਤੋਂ ਬਾਅਦ ਕੈਂਡੀਡੇਟ ਨੂੰ ਆਈਡੀ ਅਤੇ ਪਾਸਵਰਡ ਫਿਲ ਕਰਨਾ ਹੋਵੇਗਾ। ਸੋ ਸਭ ਤੋਂ ਪਹਿਲਾਂ ਕੈਂਡੀਡੇਟ ਆਪਣਾ ਐਪਲੀਕੇਸ਼ਨ ਨੰਬਰ ਭਰੇਗਾ, ਉਸ ਤੋਂ ਬਾਅਦ ਪਾਸਵਰਡ 'ਤੇ ਲੌਗਇਨ 'ਤੇ ਕਲਿੱਕ ਕਰੇਗਾ। ਉਸ ਤੋਂ ਬਾਅਦ ਕੈਂਡੀਡੇਟ ਦੀ ਪ੍ਰੋਫਾਈਲ ਓਪਨ ਹੋ ਜਾਵੇਗੀ। ਉਸ ਤੋਂ ਬਾਅਦ ਆਲ 'ਤੇ ਕਲਿੱਕ ਕਰਨ ਤੋਂ ਬਾਅਦ ਕੈਂਡੀਡੇਟ ਕਾਂਸਟੇਬਲ ਦੀ ਆਪਸ਼ਨ 'ਤੇ ਕਲਿੱਕ ਕਰੇਗਾ। ਉਸ ਤੋਂ ਬਾਅਦ ਐਡਿਟ ਵਿਊ 'ਤੇ ਕਲਿੱਕ ਕਰਨ ਤੋਂ ਬਾਅਦ ਨਵਾਂ ਪੇਜ ਓਪਨ ਹੋ ਜਾਵੇਗਾ। DVPMT PST ਐਡਮਿਟ ਕਾਰਡ ਦੀ ਆਪਸ਼ਨ 'ਤੇ ਕਲਿੱਕ ਕਰਨਾ ਹੋਵੇਗਾ, ਜਿਸ 'ਤੇ ਕਲਿੱਕ ਕਰਨ 'ਤੇ ਕੈਂਡੀਡੇਟ ਆਪਣਾ ਐਡਮਿਟ ਕਾਰਡ ਡਾਊਨਲੋਡ ਕਰ ਸਕਦੇ ਹਨ। ਸੋ ਦੋਸਤੋ, ਵੀਡੀਓ 'ਤੇ ਜਾਣਕਾਰੀ ਨੂੰ ਆਪਣੇ ਫਰੈਂਡ ਸਰਕਲ ਵਿੱਚ ਜ਼ਰੂਰ ਸ਼ੇਅਰ ਕਰੋ ਅਤੇ ਸਾਡੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਧੰਨਵਾਦ।